लड़क मारिया बंदा वागू ला दे टिक्का जहा ला दे मैं कोई ना तू टिक्का जहा ला दे जलूस कढ़नी लोग कहणगे मखतियारा मैं लाई फिरदा मामी दा नाम की है रज्जी पा दा पा दे चल ਪਰਦੇ ਦੇ ਨਾਲ ਪਾਣੀ ਕਦੇ ਪਤਾ ਲੱਗ ਜੇ ਕਿਸੇ ਨੂੰ ਲੈ ਹੁਣ ਪਰਦੇ ਨਾਲ ਕਿਵੇਂ ਪਾਉਂਗੇ ਹੁਣ ਬੰਦੇ ਮਹਿੰਦੀਆਂ ਲੱਗਦੀਆਂ ਨੇ ਲਾ ਦੇ ਲਾ ਦੇ ਆਏ ਬੈਗਾ ਕੰਜਰ ਤੋਂ ਕੰਮ ਕਰ ਲੋ ਕੋਈ ਪਾਇਆ ਕੰਮ ਹੀ ਕਰਕੇ ਆਏ ਠੰਡੇ ਠੁੰਡੇ ਲਿਆਂਦੇ ਸਾਰਾ ਕੰਮ ਹੀ ਕਰਕੇ ਆਏਗੇ ਹਾਂ ਲਿਆ ਆਹੋ ਠੰਡੇ ਲਿਆਂਦੇ ਚੰਗਾ ਵਧੀਆ ਰਿਹਾ ਠੰਡੇ ਲਿਆਂਦੇ ਨਾਲ ਡਿਸਪੋਜ਼ਲ ਲਿਆਂਦੇ ਹਾਂ 2500 ਰੁਪਏ ਸਮਾਨ ਆ ਗਿਆ ਕਿੰਨੇ ਦੇ ਲੈ ਕੇ ਆਏ ਠੰਡੇ ਠੰਡੇ ਆ ਗਏ ਹਾਂ 1300 ਦੇ ਠੰਡੇ ਆ ਗਏ ਇੱਕ ਪੈਟੀ 1300 ਦੀ ਹਾਂ ਗਰਦੇ ਦਾ ਲੋੜ ਆਇਆ ਪਿਆ 1300 ਦੇ ਆ ਗਏ ਹਾਂ ਹੋਰ ਗਲਾਸ ਜੇ ਗਲਾਸ ਆ ਗਏ ਆਪਣੇ 300 ਦੇ ਗਲਾਸ ਆਏ ਨੇ ਵਿੱਚ 300 ਦੇ ਹਾਂ 300 ਦੇ ਗਲਾਸ ਆ ਗਏ ਬਸ 1600 ਹੋ ਗਿਆ ਭਾਈ ਬਾਕੀ ਬਾਕੀ ਤਾਂ ਮੈਂ ਉਹ ਲੈ ਸੀ ਡਰਾਈ ਫਰੂਟ ਦੇ ਲੈ ਸੀ ਕਾਜੂ ਬਦਾਮ ਦੇ ਨਹੀਂ ਹੁੰਦੇ ਤੇਰੀ ਮਾਂ ਨੇ ਫੇਰੇ ਲੈਣੇ ਨੇ ਉਹਨਾਂ ਨਾਲ ਉਹ ਨਹੀਂ ਕੰਜਰ ਦਾ ਸਰਚ ਮਾਰਵਾਂਗਾ ਉਹਨਾਂ ਨੂੰ ਉਹ ਖਾਣ ਵਾਸਤੇ ਹੁੰਦੇ ਨੇ ਠੰਡੇ ਨਾਲ ਵਧੀਆ ਲੱਗਦੇ ਨੇ ਉਹ ਆ ਮਰੇ ਸਾਲ ਦੀ ਭੁੱਖੀ ਆ ਦੁਨੀਆ ਜਿੰਨਾ ਮਰਜ਼ੀ ਖਵਾਈ ਜਾਓ ਕੰਜਰ ਦੇ ਉਹ ਉਹਨਾਂ ਹੀ ਥੋੜਾ ਮੈਂ ਕੀ ਕਿਹਾ ਦੀ ਭਾਈ 100 ਰੁਪਏ ਪਿੱਛੇ ਕਿਉਂ ਸੂਮ ਹੁੰਨਾ ਤੇ ਉਹ ਬਾਈ 150 ਨਾਲੀ ਘਰ ਚੱਲਦਾ ਹੁੰਦਾ ਉਹਦਾ ਕੰਜਰ ਦਾ ਸੋਨੂੰ ਕੀ ਪਤਾ ਪਇਓ ਕਬੀਲਦਾਰੀ ਚ ਚੱਲ ਬਾਚ ਦੇ ਦੀ ਯਾਰ ਮੈਂ ਆਪਦੇ ਬਲੇ ਲਾ ਤੇ ਮੈਨੇ ਤੂੰ ਬਾਚ ਦੇ ਦੀ ਮੈਨੂੰ ਬਾਚ ਦੇ ਦੀ ਨਾਲੇ ਕਸੋਰ ਆ ਪਲਾਸ ਚੱਕ ਮਿੰਟੂ ਏ ਆਪਦੇ ਵਿਆਹ ਚ ਵੀ ਪਲਾਸ ਮੈਨੂੰ ਕਾਣੂ ਉਹ ਪੱਖੇ ਦਾ ਜੋੜ ਲਾ ਦੀ ਜਾਂਦਾ ਹੋਇਆ ਡੰਗਰ ਵਾਲੇ ਦਾ ਜੋੜ ਦਾ ਲਾ ਦਾਂਗੇ ਮੈਂ ਕੜੀ ਲਾਉਣਾ ਮੈਂ ਦੱਸਦਾ ਤੈਨੂੰ ਚਾਹੇ ਕਰੋ ਅਰਦੇ ਜਾ ਕੇ ਉਹ ਬੰਬੇ ਵਾਲਿਆਂ ਦੇ ਐ ਆਪਣੇ ਆਪਾਂ ਕੱਢਾਂਗੇ ਜਾਗੋ ਹਨਾ ਜਲੇਬੀਆਂ ਜਲੂਬੀਆਂ ਜੇ ਲੈ ਉਹ ਜਲੇਬੀਆਂ ਜਲੂਬੀਆਂ ਰੱਖ ਦਾਂਗੇ ਨਾਲੇ ਉਹਨੂੰ ਕਿਹਾ ਹੋਇਆ ਆਪਣਾ ਮਿੱਠੇ ਮੁੱਠੇ ਨੂੰ ਅੱਛਾ ਹਾਂ ਕੱਲ੍ਹ ਵਾਸਤੇ ਪਾਰਟੀ ਵਾਸਤੇ ਉਹਨੂੰ ਜਾ ਕੇ ਪੁੱਛ ਕੇ ਆਓ ਵੀ ਤਿਆਰ ਆ ਕੇ ਨਾ ਜੇ ਮਿੱਠਾ ਹੋਇਆ ਤਿਆਰ ਮਿੱਠਾ ਚੱਕ ਲਿਓ ਹਾਂ ਉਹ ਨਾ ਲੈ ਗਿਆ ਬ੍ਰੈਡ ਪਕੌੜੇ ਜੇ ਮੇਰੇ ਸਾਹਦੇ ਖਰਾਬ ਹੋ ਜਾਂਦੇ ਨੇ ਹੈ ਮਾਮੀ ਮਿੱਠਾ ਇੱਕ ਦਾ ਗਲਾਵ ਜੰਮਣੀ ਹੋ ਗਈ ਰਸਗੁੱਲੇ ਹੋ ਗਏ ਮੇਰਾ ਨਾ ਲੈ ਦੀ ਕਾ ਜਿਹੜਾ ਕੁਝ ਮਖਤਿਆਰੇ ਨੇ ਕਿਹਾ ਉਹ ਚੱਕ ਲੈ ਜੇ ਆਪਦੇ ਕੋਲ ਕੁਝ ਲੈ ਕੇ ਮੇਰੇ ਸਾਹਦਾ ਸਿਰ ਸਾਂਗ ਦੂ ਮਾਰ ਮਾਰ ਚੱਕ ਲੈ ਬਲੋ ਤਾਂ ਮੈਂ ਕੀ ਲੈ ਕੇ ਆਉਣਾ ਯਾਰ ਤੂੰ ਕਿਹਾ ਹੋਇਆ ਹੈ ਮਾਮੀ ਹਾਂ ਇਹ ਤਾਂ ਪੱਖਾ ਕਿਉਂ ਸਮਰਾਉਣਾਗਾ ਆਹੋ ਚੱਲ ਚੱਲ ਦੇਗਾ ਉਹ ਪੱਖੇ ਦੀ ਤਾਰ ਲੋਡ ਕਰਨੀ ਆਹੋ ਆਹੋ ਹੈ ਮਾਮੇ ਹਾਂ ਉਹ ਤਾਂ ਪੱਖਾ ਕਿਉਂ ਸਮਰਿਆ ਜੰਨਾ ਉਹ ਕਿਉਂ ਮਾਮੀ ਨੂੰ ਬਿਠਾਏਗਾ ਉਹਨ ਉੱਤੇ ਓਹ ਕੁਝ ਨਹੀਂ ਹੁੰਦਾ ਦੇਖ ਸੋਣੀਆ ਬਸ ਠੀਕ ਆ ਭਾਈ ਹੋਰ ਲਾਵਾਂ ਬਾ ਬਾ ਦੁਆ ਇੰਨੀ ਜ਼ਿਆਦਾ ਪਾਣੀ ਗੱਲ ਨਹੀਂ ਅੱਖ ਅੱਧੀ ਰਾਤ ਨੂੰ ਖੁੱਲ ਜਾਵੇ ਮਨ ਵੱਲੋਂ ਯੋਰੀ ਡੁੱਲ ਜਾਵੇ ਵੀ ਤੇਰਾ ਕੀ ਆਗਾ ਤੋਂ ਸਾਰੇ ਦੇ ਆਗਾ ਤੋਂ ਲਵਾਈ ਇਹਨੇ ਗਾੜਿਆ ਇਹਦੀ ਤਾਂ ਲੋੜ ਹੀ ਨਹੀਂ ਹੁੰਦੀ ਤੈਨੂੰ ਇਹ ਕਾ ਤੋਂ ਲਾਈ ਜਾਂਦੀਆਂ ਤੂੰ ਜਾਣਾ ਕਿਉਂ ਮੇਰੇ ਮਾਮੇ ਦਾ ਵਿਆਹ ਕਿਰ ਚੇ ਨਾ ਲਾ ਉਹਦਾ ਨਿਪੜ ਗਿਆ ਆਪਣਾ ਤਾਂ ਉਹ ਤਾਂ ਦਿੰਦੇ ਨਹੀਂ ਕੁੜੀ ਉਹਦਾ ਨਿਪੜ ਗਿਆ ਤਾਂ ਹੋਰ ਕੀ ਪਕਾਈ ਮਰੀ ਤੈਨੂੰ ਬਚਾ ਲਿਆ ਮੈਂ ਤੈਨੂੰ ਸੌਦੇ 'ਚ ਰਿਹਾ ਤੂੰ ਤਾਂ ਸੌਦੇ 'ਚ ਰਿਹਾ ਗਾੜਿਆ ਚੌਰੇ ਹੱਥ ਦਾ ਤੈਨੂੰ ਕੀ ਨਾ ਗੱਲ ਤਾਂ ਕਰ ਲੈਣ ਦੇ ਕੀ ਗੱਲ ਕਰ ਲੈਣ ਜਦੋਂ ਮੈਂ ਸਿਆਣਾ ਬੰਦਾ ਕਰਕੇ ਆਏਗਾ ਗੱਗੀ ਨੂੰ ਬੌੜਾ ਸਮਝਦੇ ਤੁਸੀਂ ਕੀ ਗੱਲ ਹੋ ਗਈ ਭਾਈ ਕਿਉਂ ਪੱਥਿਆ ਬੌੜ ਮੇਰੀ ਗੱਲ ਸੁਣ ਮਹਿੰਦੀਆ ਕਾ ਤੋਂ ਲਾਈਆਂ ਨੇ ਪਰਦਾ ਪੁਰਦਾ ਨਾਲੇ ਦੇ ਉਹ ਅਗਲੇ ਦੇ ਹਲਵਾਈਆਂ ਨੂੰ ਵੀ ਮੈਂ ਕਰਤਾ ਬੋਲ ਕੀ ਗਿਆ ਕੰਜਰ ਦਾ ਦੱਸੇਗਾ ਵੀ ਕੁਝ ਮੈਂ ਮਹਿੰਦੀ ਵਾਲੀ ਹੱਥ ਮਰੂੰ ਗੱਲ ਤੇ ਉਹ ਤੈਨੂੰ ਗਾੜਿਆ ਕੁਛ ਨਹੀਂ ਦਿੰਦੇ ਤੇ ਚੌਰਿਆ ਭੈਣ ਦੀ ਜਵਾਰ ਭਾਟਾ ਹੀ ਰਹਿੰਦਾ ਤੂੰ ਲੰਡੇ ਦਾ ਲੰਡਾ ਬਾਂਦਰ ਭਾਈ ਕੀ ਹੋ ਗਿਆ ਤੂੰ ਦਾ ਪੱਤੇ ਪਕਾਈ ਮਰੀ ਜਾਂਦਾ ਕਿਸੇ ਨੂੰ ਬੋਲਣਾ ਹੀ ਨਹੀਂ ਦਿੰਦਾ ਉਹ ਤਾਂ ਜਿਹੜੀ ਗੱਲ ਤੈ ਜੀ ਹੋਣੀ ਤੀ ਹੋ ਗਈ ਜਿਹੜੀ ਮੇਰੇ ਨਾਲ ਹੋਈ ਆ ਪਹਿਲਾਂ ਉਹ ਸੁਣ ਲੈ ਇਹਨੂੰ ਕਾਹਨੂੰ ਭੇਜਣਾ ਦੀ ਮੇਰੇ ਨਾਲ ਜਦੋਂ ਤੁਹਾਨੂੰ ਪਤਾ ਦੀ ਵੀ ਇਹ ਬੌਲ ਹੈ ਇਹ ਸਿੱਧਰ ਹੈਗਾ ਇਹਨੂੰ ਅਕਲ ਨਹੀਂ ਬੌਲੇ ਨੂੰ ਤਾਂ ਦੰਦੀਆਂ ਵੱਟ ਰਹੀਆਂ ਮੈਂ ਓਹੋ ਕੀ ਗਿਆ ਕੰਜਰ ਦਾ ਮੈਨੂੰ ਵੀ ਦੱਸ ਦੋ ਝੂਟ ਲਿਆ ਤੈਨੂੰ ਮੈਂ ਬੌਲੇ ਨੂੰ ਹੈ ਕੁੱਤੇ ਪਕਾਈ ਮਰੀ ਜਾਂਦੇ ਨਾ ਕੁੜੀਆਂ ਤੂੰ ਇੱਧਰ ਆ ਉਰੇ ਆ ਮੈਨੂੰ ਵੀ ਭੈਣ ਦੀ ਐਫ ਵੀ ਸਮਝੀ ਜਾਂਦੇ ਯਾਰ ਤੁਸੀਂ ਮੈਨੂੰ ਐਫ ਵੀ ਸਮਝੀ ਜਾਂਦੇ ਤੁਸੀਂ ਹਾਂ ਪਿੰਡ ਦੀਆਂ ਬੀਆਂ ਚ ਨਾ ਮੈਨੂੰ ਬਾਹ ਫੜ ਕੇ ਕਿਹੜੀ ਸਿਆਣੇ ਮੇਰੀ ਕੀ ਇੱਜ਼ਤ ਰਹਿ ਗਈ ਕਿਉਂ ਬਈ ਹੈਲੋ ਮੈਨੂੰ ਤੇਰੀ ਬਾਹ ਫੜ ਦਾ ਸ਼ੌਂਕ ਨਹੀਂ ਤੇਰੀ ਆਰਮ ਫੜ ਦਾ ਸ਼ੌਂਕ ਨਹੀਂ ਸੁੱਖ ਨਾਲ ਮੇਰੇ ਪਰਿਵਾਰ ਦੀ ਆਰਮ ਹੈ ਹੀ ਜਿਆ ਸੂਬੇ ਵਰਗੀ ਮੈਂ ਤੇਰੀ ਕੋ ਫੜ ਲੋ ਫੜਾ ਮਰੂ ਤਰਾ ਓਏ ਲੋਕ ਤਾਂ ਸਾਡੇ ਤੇ ਹੋਈ ਨਹੀਂ ਮਾਣ ਹੈਗੇ ਇਹ ਹੋਰ ਗੱਲਾਂ ਕਰਾਊਗਾ ਮੇਰੀਆਂ ਨਾ ਭਾਈ ਗੱਲ ਕੀ ਹੋ ਗਈ ਕੁੜੀਏ ਹੈ ਗੱਲ ਕੀ ਹੋਣੀ ਸੀ ਮੈਂ ਤਾਂ ਸਹਿ ਸੁਭਾ ਗੱਲ ਕਰ ਰਹੀ ਹਾਂ ਕਿ ਆਪ ਬਾਹ ਫੜ ਕੇ ਖਿੱਚ ਲਿਆ ਮੈਨੂੰ ਓ ਬਈ ਕਿਉਂ 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 ਬਾਹ ਕਿਉਂ ਫੜੀ ਤੇ ਬਗਾਨੀ ਕੁੜੀ ਪਰਵਾਹ ਰਹੀ ਜੀ ਗੱਲ ਨਹੀਂ ਬਾਬੇ ਜਿਵੇਂ ਤੂੰ ਸਮਝਦੀ ਆ ਪਿਆਰ ਤਾਂ ਮੈਂ ਨਹੀਂ ਕਰਦਾ ਮੈਂ ਗੱਲ ਕੀ ਤੇਰੀ ਬਾਹ ਕਿਉਂ ਫੜਦੀ ਨੇ ਚਾਂਟਾ ਤਾਂ ਇੱਕ ਹੋਰ ਮਾਰ ਲੈ ਪਰਵਾਹ ਠੀਕ ਹੈ ਪਿੰਡ ਵੀ ਜਾ ਆਇਆ ਆ ਤੇਰਾ ਭਲਾ ਹੋ ਜੇ ਕੰਜਰ ਦੇ ਉੱਥੇ ਕੀ ਕਰਨ ਗਿਆ ਦੀ ਤੂੰ ਐ ਕਹਿੰਦਾ ਜੇ ਦਾਜ ਦੋਗੇ ਤਾਂ ਅਸੀਂ ਵਿਆਹ ਕਰਾਂਗੇ ਨਹੀਂ ਅਸੀਂ ਵਿਆਹ ਨਹੀਂ ਕਰਦੇ ਹਾਂ ਤਾਂ ਫਿਰ ਠੀਕ ਐ ਤੇਰੇ 'ਚ ਕੋਈ ਨੁਕਸ ਐ ਤੇਰੇ 'ਚ ਕੋਈ ਨੁਕਸ ਐ ਬਕਲਾਵ ਆ ਤੇਰੀ ਦਾ ਉਹ ਕੰਜਰ ਦੇ ਆ ਉਹ ਕੰਜਰ ਦੇ ਬੌਲਿਆ ਬੌਲਿਆ ਡੰਗਰਾ ਉਹ ਤੇਰਾ ਘਰ ਨਹੀਂ ਭਰ ਰਹੇ ਹੈਗੇ ਉਹ ਦੁਆ ਉਹ ਗਾੜੇ ਆਈ ਰਹਿ ਜਾਏਗਾ ਤੂੰ ਮਰੰਗਾ
ਮੈਨੂੰ ਕੁੜੀ ਬਸਾ ਜੁੜੀਆ ਮੈਂ ਦਾਜ ਕਿੱਥੋਂ ਲੈਣਾ ਨੰਨੀ ਸ਼ਾਹ ਲਓ ਆਪਦੀ ਦੀ ਹੋਏ ਫਰਾਦਾ ਨਮੇੜ ਦੋ ਨਾਲੇ ਕਹਿੰਦਾ ਚੌਰੇ ਦਾ ਮੈਂ ਘਰ ਪਛਾਣਾਗਾ ਮਾਰਾ ਮਾਰਾ ਮੇਰੀ ਸੁਣ ਗੱਲ ਨੀ ਕੁੜੀਏ ਤੂੰ ਰੋਲਾ ਨਾ ਭੈਣ ਦੀ ਐਚ ਆਈ ਵੀ ਹੌਲੀ ਬੋਲੀ ਕਹਿੰਦਾ ਇੱਥੇ ਖੱਪ ਪਾ ਦੇ ਵੀ ਮੇਰੇ ਤਾਏ ਦਾ ਰਿਸ਼ਤਾ ਟੁੱਟ ਗਿਆ ਮੈਂ ਜਾ ਕੇ ਆਉਣਾ ਮਾੜਾ ਜਿਹਾ ਮੈਂ ਚੋਲਣ ਕੋਲ ਜਾ ਕੇ ਆਉਣਾ ਤੂੰ ਭਾਈ ਉਰੀ ਬਹਿ ਜਾ ਤੂੰ ਭਾਈ ਉਰੀ ਬਹਿ ਜਾ ਤੂੰ ਆ ਕੁੜੀ ਲਵੇ ਬੈਠਾ ਕਿਸੇ ਨੂੰ ਦੱਸਣਾ ਨੀ ਮੈਂ ਜਾ ਕੇ ਆਉਣਾ ਮਾੜਾ ਜਿਹਾ ਅਕਲ ਹੀ ਨੀ ਹੈਗੀ ਸੜੇ ਜੇ ਨੂੰ ਆ ਤੇਰੇ ਲਵਾਂ ਮਹਿੰਦੀ ਨਹੀਂ ਮੈਂ ਕਾਹਦੀ ਲਵਾਵਾਂ ਮਹਿੰਦੀ ਉਹ ਵਿਚਾਰੀ ਦੇ ਦੇਖ ਲਾ ਮਹਿੰਦੀ ਲੱਗਦੀ ਲੱਗਦੀ ਵਿਚਾਲੇ ਰਹਿ ਗਈ ਮੈਂ ਤਾਂ ਉਧਰ ਸੋਚ ਲੱਗੀ ਪਈ ਆ ਵੀ ਹੁਣ ਕੀ ਬਣੂਗਾ ਬੰਨ ਨੂੰ ਕੀ ਆਪੇ ਹੋ ਜੂ ਲੱਤੀਆਂ ਨੇੜੇ ਨੇ ਤੂੰ ਮਹਿੰਦੀ ਇੱਕ ਤਾਂ ਨਾਲ ਵੀ ਮੈਨੂੰ ਉਹ ਲੈ ਗਿਆ ਮੈਨੂੰ ਤਾਂ ਇਹ ਡਰ ਲੱਗੀ ਜਾਂਦਾ ਵੀ ਮੇਰੇ ਸਿਰ ਗੱਲ ਨਾ ਆ ਜੇ ਕੋਈ ਤੂੰ ਨਾਲ ਕਿਉਂ ਗਈ ਤੀ ਕਿ ਜੇ ਤੈਨੂੰ ਪਤਾ ਉਹਦਾ ਕਿਹਾ ਤਾਂਗਾ ਮੈਨੂੰ ਬਾਹ ਫੜ ਕੇ ਲੈ ਗਿਆ ਉਹ ਬਾਹ ਹੀ ਫੜੀ ਆ ਦਸਤਰ ਚੁੰਡੀਆਂ ਤਾਂ ਨਹੀਂ ਵੱਡੀਆਂ ਜੇ ਕਿਸੇ ਨੇ ਦੇਖਿਆ ਹੋਊਗਾ ਅਗਲਾ ਤਾਂ ਗੱਲਾਂ ਬਣਾਊਗਾ ਮੇਰੀਆਂ ਵੀ ਪਤਾ ਨਹੀਂ ਕਾਹ ਤੋਂ ਬਾਹ ਫੜੀ ਜਾਂਦਾ ਤੂੰ ਨਾ ਜਾਂਦੀ ਉਹ ਕਿਹੜਾ ਤੈਨੂੰ ਧੱਕੇ ਨਾਲ ਲੈ ਕੇ ਗਿਆ ਤੀ ਖਿੱਚ ਕੇ ਲੈ ਕੇ ਗਿਆ ਮੈਨੂੰ ਮੈਂ ਕਿਵੇਂ ਨਾ ਜਾਂਦੀ ਲੈ ਚੰਗਾ ਲਾਵਾਂ ਲਿਆ ਫੜਾ ਨਾ ਮੈਂ ਨਹੀਂ ਲਵਾਉਣੀ ਹੈਗੀ ਮੈਂ ਤਾਂ ਆਪਦੇ ਘਰੇ ਜਾਨੀ ਆਂਗੀ ਜੇ ਕੋਈ ਕੰਮ ਹੋਇਆ ਤਾਂ ਮੈਨੂੰ ਬੁਲਾ ਲੈਣਗੇ ਹੁਣ ਕਿਹੜੇ ਕੰਮ ਜਦੋਂ ਵਿਆਹ ਹੀ ਨਿਬੜ ਗਿਆ ਤੂੰ ਭਾਗ ਜਾ ਨਹੀਂ ਭੈਣੇ ਐ ਕਾਨੂੰ ਕਹੇ ਨਹੀਂ ਹੈਗੀ ਪੂਰ ਚੜ ਜੇ ਵਿਆਹ ਸਾਨੂੰ ਵੀ ਭਾਏ ਐ ਵਿਆਹ ਦਾ ਅਸੀਂ ਤਾਂ ਆਪਾਂ ਦੀ ਲੱਗਦੀ ਹੋ ਰਹੀ ਆ ਕੋਈ ਨਾ ਦੇ ਦਾਂਗੇ ਭਾਗ ਜਾ ਭਾਜਾ ਚਲ ਠੀਕ ਆ ਪਤਾ ਨਹੀਂ ਕਿਹੜਾ ਮੜਾ ਟਾਈਮ ਵੀ ਜਿਹੜੇ ਫਿਰੇ ਕੰਚਰ ਦੇਦਾ ਇਹ ਕਰੇ ਲੈਂਦਾ ਹੈ ਆਪ ਦਾ ਕੁੜੀ ਚੋਂ ਦਾ ਦਲਵੀਰਾ ਨਿਕਲ ਗਿਆ ਕਿੱਧਰੇ ਇਹਨੂੰ ਸੰਦ ਨੂੰ ਮਾਰ ਗਿਆ ਮੇਰੇ ਮੱਥੇ ਉਹ ਮੁੰਡਿਆ ਫਿਰੇ ਆਓ ਉਰੇ ਆਓ ਮੇਰਾ ਪੁੱਤ ਤੂੰ ਕਿੱਦਾਂ ਫਿਰੀ ਜਾਣਾ ਮੈਂ ਤਾਂ ਉਰੀ ਆ ਮੇਰੀ ਗੱਲ ਸੁਣੋ ਜੋੜ ਜਾ ਲਾਇਆ ਆ ਹਾਂ ਲਾਇਆ ਤਾਂ ਐ ਕਰ ਤੂੰ ਕਿਵੇਂ ਉਧਰ ਆਇਆ ਫਿਰ ਤੂੰ ਆਹਾ ਸਮਾਨ ਸਮੂਨ ਜਾਂ ਹੋਰ ਤਾਂ ਨਹੀਂ ਲੈ ਕੇ ਆਤਾ ਕੋਈ ਹਾਂ ਜਾਂਦੇ ਸੀਗੇ ਬਸ ਅਸੀਂ ਘਰਾਟ ਹਲਵਾਈ ਦੇ ਜਾਂਦੇ ਸੀ ਹਾਂ ਘਰਾਟ ਜਾਂਦੇ ਸੀ ਲੈ ਕੇ ਨਾ ਉਹ ਸਾਹਿਬ ਮੈਂ ਕਹਿੰਦਾ ਸੀ ਮੜਾ ਜਾ ਆਹ ਨਾ ਮੁੰਡਾ ਟੈਂਟ ਵਾਲਾ ਮਿੱਤਰਾ ਤਰਾ ਹਾਂ ਹੈ ਉਹਦੇ ਕੋਲ ਜਾ ਕੇ ਆ ਤੂੰ ਮੜਾ ਜਾ ਉਹਦੇ ਨਾਲ ਗੱਲ ਕਰਕੇ ਆ ਵੀ ਜੇ ਸਮਾਨ ਆਪਾਂ ਜਮੋੜ ਜੀਏ ਕਿੰਨਾ ਕੁ ਖਰਚਾ ਲੈ ਅੱਜ ਕਾਹਦੇ ਵਾਸਤੇ ਮੋੜਨਾ ਤਾਂ ਅੱਜ ਤਾਂ ਜਾਗੋ ਆ ਕੱਲ ਨੂੰ ਵਿਆਹ ਹੈਗਾ ਪਰਸੋਂ ਮੋੜ ਦਾਂਗੇ ਆਪਾਂ ਮੈਨੂੰ ਮੈਨੂੰ ਪਤਾ ਲੋੜ ਹੈ ਕੱਲ ਨੂੰ ਪਰਸੋਂ ਨੂੰ ਆਪਾਂ ਸਾਰ ਲਾਂਗੇ ਕੋਈ ਨਾ ਆਪਾਂ ਕਿਹੜੇ ਦਸ ਆਪਾਂ ਰਿਸ਼ਤੇਦਾਰ ਬੁਲਾਏ ਨੇ ਕਿਹੜਾ ਮੇਲੇ ਆਊਗਾ ਆਪਣੇ ਰਿਸ਼ਤੇਦਾਰ ਨਹੀਂ ਨਹੀਂ ਮੈਨੂੰ ਪਤਾ ਮੇਰੇ ਘਰ ਦਾ ਬਾਈ ਸਰਫਾ ਕਰੀਦਾ ਹੈ ਚਾਦਰ ਦੇਖ ਕੇ ਪੈਰ ਪਸਾਰੀਦੇ ਹੁੰਦੇ ਨੇ ਹੁਣ ਇੱਕ ਦਿਨ ਨਾਲ ਕੀ ਹੋਊਗਾ ਮੇਰੀ ਗੱਲ ਸੁਣ ਕੱਲ ਨੂੰ ਅੱਜ ਰੱਖ ਲਿਆ ਸਾਡਾ 300 ਅੱਜ ਦਾ ਅੱਜ ਦਾ ਤਾਂ ਕਿਰਾਇਆ ਪੈ ਗਿਆ ਤਾਂ ਉਹ ਆਹੀ ਕਹਿੰਦਾ ਅੱਜ ਦਾ ਪੈ ਗਿਆ ਅੱਜ ਆਪਾਂ ਮੋੜ ਆਉਣਾ ਉਹਨਾਂ ਨੂੰ ਪੁੱਛ ਕੇ ਵੀ ਖਰਚਾ ਜੇ ਘੱਟ ਕਰ ਲੈਣ ਅੱਧੇ ਦਿਨ ਚ ਉਹ ਤਾਇਆ ਕਿਰਾਇਆ ਤਾਂ ਦੇ ਦੋ ਤੂੰ ਕੰਮ ਤਾਂ ਲੈ ਲੈ ਕੰਮ ਕੋਈ ਨਾ ਭਾਈ ਮੇਰੀ ਗੱਲ ਸੁਣੋ ਥੋੜੀ ਜੀ ਤਾਣੀ ਜੀ ਹੋ ਹੈ ਤਾਂ ਕੀ ਗੱਲ ਕੀ ਹੋ ਗਈ ਹੁਣ ਤਾਂ ਕੀ ਬੌਂਦੜਾ ਹੈ ਕਿਵੇਂ ਫਿਰਦਾ ਨੂੰ ਮੈਂ ਇਹ ਕਹਿੰਦਾ ਸੀ ਮੈਂ ਕੋਈ ਨਾ ਆਪਾਂ ਕਮਰੇ 'ਚ ਹੀ ਲਾ ਦਾਂਗੇ ਫਿਰ ਮੇਰੀ ਗੱਲ ਸੁਣ ਪਹਿਲਾਂ ਮੈਂ ਤਾਂ ਲਾ ਦਾਂਗੇ ਬਾਰੇ ਵੀ ਤਾਂ ਕੁਰਸੀਆਂ ਕਰਸੀਆਂ ਡਹਿ ਜਾਣਗੀਆਂ ਟੈਂਟ ਲੱਗਿਆ ਹੋਊਗਾ ਉਹ ਐ ਕਰ ਆਪਾਂ ਆਹ ਜਿਹੜੇ ਬੱਤੇ ਜੇ ਲੈ ਕੇ ਆਇਆ ਬੱਤੇ ਜੇ ਮੋੜਿਆ ਤੇ ਆਪਾਂ ਚਾਹ ਬਣਾ ਲਾਂਗੇ ਉਹ ਕਿਉਂ ਤਾਨੂੰ ਤਾਂ ਤੂੰ ਜਾ ਸਰਪੰਚ ਜਾ ਦੇ ਨਹੀਂ ਬੋਲ ਦਊਗਾ ਮੈਂ ਜਾਣਾ ਮੇਰੀ ਗੱਲ ਸੁਣ ਪਹਿਲਾਂ ਮੈਂ ਹਲਵਾਈ ਲਵੇ ਜਾਊਂ ਫੇਰ ਉਧਰ ਹੀ ਆਪਾਂ ਚੱਲਦੇ ਆ ਮਤਲਬ ਲਫੜਾ ਮਾਰੂਗਾ ਤੂੰ ਮੇਰੇ ਨਾਲ ਚੱਲ ਇੱਧਰ ਹੋ ਪਹਿਲਾਂ ਇੱਧਰ ਹੋ ਇਹਦੇ ਕੋਲ ਇੱਧਰ ਹੋ ਹਾਂ ਇੱਧਰ ਖੜ ਤੂੰ ਤੂੰ ਐਂ ਕਰ ਪੁੱਤ ਤੂੰ ਜਾ ਹਲਵਾਈ ਦੇ ਉਹਦੇ ਐਣ ਦਾ ਟਿੰਟ ਵਾਲੇ ਦੇ ਉਹਨੂੰ ਜਾ ਕੇ ਪੁੱਛ ਵੀ ਭਾਈ ਸਮਾਨ ਮੋੜਨਾ ਮੈਂ ਜਿਹੜੀ ਗੱਲ ਕਹਿਤੀ ਭਾਈ ਕਰ ਲਓ ਮੇਰਾ ਘਰ ਆ ਮੈਨੂੰ ਮੇਰੇ ਕਬੀਲਦਾਰੀ ਦਾ ਪਤਾ ਬਾਈ ਹੁਣ ਉਹਨੂੰ ਪੁੱਛ ਵੀ ਮੋੜਨਾ ਤੂੰ ਆਪਦੇ ਵਿਆਹ ਚ ਕਰ ਲਈ ਜਿਹੜਾ ਕੰਜਰਖਾਨਾ ਕਰਨਾ ਨਚਾਲੀ ਜਿਹੜੀ ਨਚਾਉਣੀਆਂ ਨੇ ਮੈਨੂੰ ਬਾਈ ਆਪਦਾ ਆਪ ਦੇਖਣਾ ਪੈਂਦਾ ਮੈਂ ਆਪ ਦਾ ਢਿੱਡ ਪਾਲਣਾ ਨਹੀਂ ਹੁਣ 300 ਲਾਇਆ ਫਿਰ ਅੱਜ ਲਾ ਤਾਂ ਲੈ ਕੋਈ ਨਾ ਭੈਣ ਭਰਾ ਬਈ ਜਿਹੜਾ ਲੱਗਿਆ ਲਾ ਗਿਆ ਹੁਣ ਹੋਰ ਖਰਚਾ ਕਿਉਂ ਕਰੀਏ ਤੂੰ ਚੱਲ ਤੇਰੀ ਮੰਮੀ ਨਾਲ ਗੱਲ ਕਰਾ ਮੈਨੂੰ ਫੋਨ ਲਾ ਉਹਨੂੰ ਅਜਾ ਮੇਰੀ ਮੰਮੀ ਤਾਂ ਤੇ ਸਹੁਰੇ ਗਈ ਹੋਈ ਆ ਹਾਂ ਫਿਰ ਤਾਂ ਹੀ ਤਾਂ ਕਹਿੰਦਾ ਫੋਨ ਤੇ ਗੱਲ ਕਰਾ ਦੇ ਚੱਲ ਫੋਨ ਮੇਰਾ ਫੋਨ ਕਦੇ ਚਾਰਜ ਲੱਗਿਆ ਹੋਇਆ ਮੇਰਾ ਸਾਲਿਆ ਘਰੇ ਕੀ ਆਂਡੇ ਦਊਗਾ ਉਹ ਲਵੇ ਰੱਖ ਲੈ ਕਰੋ ਹੈਲੋ ਹਾਂ ਮਾਂ ਆਹ ਤਾਏ ਨਾਲ ਗੱਲ ਕਰੀ ਹਾਂ ਭਾਈ ਰਾਣੀ ਤੂੰ ਮਾੜਾ ਜਿਹਾ ਚੱਲ ਇੱਧਰ ਮੈਂ ਗੱਲ ਗੱਲ ਕਰਨ ਜ਼ਰੂਰੀ ਗੱਲ ਹੈ ਕੋਈ ਪਰਦੇ ਵਾਲੀ ਗੱਲ ਹੈ ਕਰ ਲੈ ਹਾਂ ਭਾਈ ਕੀ ਗੱਲ ਗੱਲ ਕੀ ਹੈ
मैं कहू भेजे मैं कहू भेजा देख मैं ये काम कथे करता भाई तेन आप पता सारा ना तू तू तो उही गल्ला लग करना भाई मे मेरा दिमाग भमया है कमला कम कुड़ी माई मैनू की पता कुड़ी कमे लै गए ना हूँ इन पता थी घर बार का भाई आ गया हूँ मैनू की पता तो पता मेरे बौला तेनू तो पता चल मेरी मेरी सुन ला गल भाई कानू बहुत गलों कुछ नहीं रखिया मैं इनू कुछ नहीं कहा ना मैं इनू भेजा जे तुम कहो मैं मेरे हिसाब से मार के दो लत्त पिंड भेज देना होर दसो मैं तो कुछ नहीं लैना भाई मैं कुछ नहीं लैना मैं तो अपने पलों दे देना पैसे होर दस है सूट साट की माँ की मासी जे है मैं तो इन्हों समान देना बेड़े समा के देना मैं तो मैं नहीं कुछ लैना मैं तो दे देना जो कुछ लैना भाई हाँ हाँ अच्छा चल 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 धन धन भाग तेरे भाई है तो मैं पता तू सामने ही मैं पता तू सामने चल धन भाग हाँ सिधरा कंजर दिमाग से तो मैं लगता सट सुट बजी हुई है छोटे होंगे दे गरगा होना सैकल सूकल तो कद सट सुट बजी होनी सर ते की पता लगता बॉल बाले कुटता होर लोगों लगता भी भाई ज्यादा कर जाता थोड़ा जहा कानू बस उ सिधरा है बौला होर हाँ और वो कुड़ी लांबा देगी मैनू कहती लै मेरी बांह फड़ के खिच के लैगा हूँ चल पिंड का पता भी बौला भाई तो मन च पाप नहीं है हैं हाँ हूँ तू सामली गल असी तैयारियां रखी अपने करके पूरिया बस ठीक आ हाँ ठीक आ हाँ कोई ना आप बाला कुछ करना नहीं इतने कुड़ी बस आप आनंद करा के कुड़ी लैके भाई घर आ जाएंगे घर ही सागन सुगन पावे इतनी करा पार्टी पुलती हाँ चंगा भाई चंगा ज्यों की बसती रह भाई चंगा आहो हाँ कंजर उधर खड़ जा ला के फिर हन्ने ते चढ़ गया मैं आ गया सीगा चार्ज पट के सारा डंगर जा उनू ला सरपंच नू फोन क्या फोन ला गल की होगी होना की आ बस कुछ नहीं मां चल का तू चल ब्याह कड़ा रोज रोज आउंदे ने कह दी उनू कानू समान समून जा मोड़ ना पले आऊगा जलेबियां जलूबियां ले आऊगा होर सरपंच नू कहा हां मेरी एक गल हेलो मेरी करा दे गल सरपंच नाल हेलो मेरी करा दे सरपंच भैया गल करी बाज कर रहे बड्डी हां ले बड्डी कर दे ओ मुंडिया ओ दत्ता तां नहीं जवाब नू तू ऐ कर एदे कोल उठ जा हां हलवाई कोल वग जा हां ओ तो जलेबियां जलूबियां जा फड़ दे नाल जेड़ा मिठा मुठा तां कल वास्ते करया होया ओ फड़ दे भाई ना ना हूं तक की सोचना ठीक है बस ठीक है उ मैं औड़का जा गया जी किसी चीज का मैं चल कानू है होर ब्याह कड़ा रोज रोज आने है ना ना पंजे लिया तोड़ के रख देंगे दो दो पीस कर देंगे हाँ जलेबिया के होर किन्ने तक गलियां ही आदि ने घूमनिया ही तोड़ के रख देंगे हाँ तू ला जा मेरा पुता हाँ चंगा आहो जवाखा ने डक्का नहीं तोड़ना तेन दसा मैं फिर कहेगा काम नहीं करा बीड़िया होंदिया ने पुत कर लोगे करा लोगे दस दे चौंधी जी लग गई थी मैं दबा आ गया टेंट मोड़ दो है। आ जा, जा। जो करता परौनी सोना नी मेरे सहां सरद ओनू गगी गगी कहें मेरे दिल ते राज जो करद ओनू गगी गगी कहें मुंडिया जागो गांधी सज कार बिहार जे करांगे जागो कढांगे सज तोड़ांगे है कादा तोड़ेगा हुण तू काढ़िया सज नाले जवाब तो देता तुसी घग्गरे किनू पवांगे मैं पुत्तर मेरी सुन ला पहला गल कन्न खोल के मेरी गल सुन ला कुत्ते भकाई ना मारी बाली तेनू 100 दी इक सुना दंदा तू ए फिंगर जी ना मेनू दिखाया कर मैं तेनू सीधी गल दसदा ठीक है ना 100 दी इक सुना दंदा हां मैं कर ली दी मां नाल गल आ हुणी गल कर हां इहदी मां ने सारी गल संभाल ली भई ओने टक्याले ओह मन गए ओह
रिश्ते आले जवाब नहीं दिता उन्होंने। अच्छा मन गए ओ मन गए यस करती उन्होंने। हां ओ कहंदे तोरांगे कुड़ी असी कहंदे की होगा जे मुंडा आ गया कहंदे चल सानू पता भी थोड़ा जा सिधर है ना ए तां मैं जान सार कह दी मां पैरी पड़ना हो ताई कह दी मैं पैरी पड़ना फुट बस करदा मैं ते मेरी गल सुन पुत्ता हुण ब्याह ब्याह मेरा पुत्त सयाना पुत्त दाज देणगे कि ना ओ आहो दे देणगे हैं दे देणगे कहंदे बीसी दे देणगे हां बीसी दे देणगे ओए हां ਆਈਸੀ ਲੈਣਾ ਇਸ ਇੱਕ ਆਹੋ ਸਾਰਾ ਕੁਝ ਕਹਿ ਦਿੰਦਾ ਉਹ ਕਹਿੰਦਾ ਉਹਨੂੰ ਵੀ ਲੀੜੀ ਕਰ ਲੈਣੀ ਹੈ ਲੀੜੀ ਟਰੱਕ ਕਹਿ ਦਿੰਦਾ ਇੱਕ ਹੈ ਟਰੱਕ ਟਰੱਕ ਦੋ ਕਹਿੰਦੇ ਚਾਹੇ ਗੱਡੀ ਗੁੱਡੀ ਕਹਿ ਦਿੰਦਾ ਹੋਰ ਹਾਂ ਫਿੱਗੋ ਕੀਲੇ ਕਹਿੰਦਾ 5-7-9 ਲਵਾ ਦੋ ਐਂ ਤਾਂ ਕਾਨੂੰ ਹੈ ਕਾਕੜੇ ਨੇ ਬਥੇਰੇ ਹੋਰ ਜਿਹੜੇ ਕੁੜੀ ਦੇਤੀ ਸਾਰਾ ਕੁਝ ਹੀ ਦੇਤਾ ਹਾਂ ਅੱਬਰ ਦਾ ਡਿੱਗਦਾ ਉਹਨਾਂ ਦੇ ਤਾਂ ਜਿਹੜੇ ਕੁੜੀ ਦੇਤੀ ਬਈ ਸਾਰਾ ਕੁਝ ਹੀ ਦੇਤਾ ਠੀਕ ਹੈ ਮੇਰਾ ਗੱਲ ਸੁਣ ਪੁੱਤ ਸਿਆਣਾ ਪੁੱਤ ਬਣੀ ਹੈ ਬੀਬਾ ਪੁੱਤ ਬਣ ਕੇ ਰਹੀ ਵਿਆਹ ਵਿਆਹ ਬੌਲ ਨਾ ਕੁੱਟੀ ਮੇਰਾ ਪੁੱਤ ਨਾ ਆਪਾਂ ਕੀ ਬੌਲ ਕੁੱਟਣ ਵਾਲਾ ਆਪਾਂ ਤਾਂ ਸਿਆਣੀ ਗੱਲ ਕਰਦੇ ਆ ਇਹ ਪੁੱਤ ਦਾਰੂ ਤੇ ਜਮਾਣੀ ਸਿਆਣੀ ਗੱਲ ਕਰਦੇ ਆਪਾਂ ਤਾਂ ਹਾਂ ਲੜੇ ਜਵਾਖਾ ਪਿੱਛੇ ਲੱਗ ਕੇ ਦਾਰੂ ਮੈਂ ਪੀਊਂਗਾ ਤਾਂ ਹੈਗਾ ਦਾਰੂ ਪਰ ਇੰਨੀ ਨਹੀਂ ਪੀਂਦਾ ਚਲਾਈ ਇੰਨੀ ਨਹੀਂ ਥੋੜੀ ਥੋੜੀ ਪੀਊਂਗਾ ਉਹ ਇਹਦਾ ਮੈਨੂੰ ਪਤਾ ਕੰਜਰ ਤੇ ਪਹਿਲਾਂ ਤੂੰ ਮੈਨੂੰ ਇਹ ਗੱਲ ਦੱਸ ਭਾਈ ਉਹ ਕੁੜੀ ਦੀ ਬਾਹ ਫੜ ਕੇ ਉਹਨੂੰ ਖਿੱਚ ਕੇ ਕਿਉਂ ਲਿਆ ਉਹਦੀ ਕਿਉਂ ਬਦਨਾਮੀ ਕਰਾਉਣਾ ਤੂੰ ਪਿੰਡ 'ਚ ਯਾਰ ਐਡਾ ਕੀ ਗੱਲ ਹੋ ਗਈ ਆ ਫਿਰ ਕਿਉਂ ਮੈਂ ਆਰਾਮ ਫੜਦੀ ਯਾਰ ਉਹਦੀ ਯਾਰ ਮੇਰੀ ਗੱਲ ਤੂੰ ਜਾਣਦਾ ਉਹਨੂੰ ਮਿਲਿਆ ਕਦੇ ਪਹਿਲਾਂ ਪੁੱਤ ਮਾੜੀ ਮੋਟੀ ਆਕਲ ਤੋਂ ਕੰਮ ਲੈ ਕਰ ਪਿੰਡ ਦੀ ਜਨਾਨੀ ਉਹਦੀ ਬਾਹ ਪਿੰਡ ਦੀ ਜਨਾਨੀ ਆ ਭਾਈ ਪਿੰਡ ਦੀ ਜਨਾਨੀ ਨਹੀਂ ਹੈਗੀ ਨੂੰ ਆ ਕੰਜਰ ਦੇ ਬੁਲਾਉਂਦੀ ਉਹ ਕੁੜੀ ਨਹੀਂ ਹੈਗੀ ਨੂੰ ਆ ਫਿਰ ਐਡਾ ਕੀ ਯਾਰ ਮੈਨੂੰ ਲੋਕ 100 ਗੱਲਾਂ ਬਣਾਣਗੇ ਕਿਉਂ ਘਰ ਜਾੜੇਗਾ ਉਹਦਾ ਭਾਈ ਨਹੀਂ ਯਾਰ ਬਾਹ ਹੀ ਫੜੀ ਆ ਯਾਰ ਉਹ ਪੁੱਤ ਬਾਹ ਫੜਨ ਨਾਲ ਕਤਲ ਹੋ ਜਾਂਦੇ ਨੇ ਤੂੰ ਕਹਿੰਦਾ ਕਿੱਡੀ ਕੁ ਗੱਲ ਹੈ ਹਾਏ ਦੇਖ ਯਾਰ ਭੈਣ ਦੀ ਉਹੀ ਗੱਲ ਕਿਉਂ ਪੁੱਤ ਤੇ ਘਰੇ ਕਲੇਸ਼ ਪਵਾਏਗਾ ਤੂੰ ਦੱਸ ਸਿਆਣਾ ਬਣੀਦਾ ਹੁੰਦਾ ਮੇਰਾ ਪੁੱਤ ਸਿਆਣਾ ਬੈਣਾ ਜਵਾਕ ਆ ਯਾਰ ਤੂੰ ਬੋਲ ਕੁੱਟਣਾ ਹੋਈ ਨਾ ਹੁਣ ਪੱਕਾ ਦੇਣ ਹਾਂ ਹੁਣ ਪੱਕਾ ਤੂੰ ਉਹਦੇ ਨਾਲ ਕੀ ਚੱਲ ਚੁੱਪ ਕਰ ਮੀਤੀ ਆ ਕੀ ਪੜਾ ਓਏ ਮੈਂ ਕਰਚ ਲਿਖਦਾ ਇਹਦੇ ਕੈਚ ਬਾਂ ਤੇ ਤੂੰ ਜਾ ਉਧਰ ਮੈਂ ਵੀ ਲਿਖਦੀ ਅਰੇ ਯਾਰ ਨਾ ਹੈਲੋ ਪੀਣੀ ਦੇ ਤੇਰਾ ਮੀਤੀ ਇੱਧਰ ਆ ਜਾ ਤੂੰ ਉਰੇ ਬੈਠ ਤੈਨੂੰ ਗੱਲ ਦੱਸਾਂ ਮੈਂ ਹਾਂ ਭਾਈ ਤੇ ਤੂੰ ਵੀ ਮੇਰੀ ਗੱਲ ਸੁਣ ਲਾ ਹਾਂਜੀ ਤਾਈ ਕੈਚ ਲਿਖੂਗਾ ਕੈਚ ਇਧਰਲੀ ਸਾਈਡ ਉਹ ਜਿਹੜਾ ਕੁਝ ਲਿਖਣਾ ਤੂੰ ਲਿਖ ਲੈ ਪੁੱਤਾ ਮੇਰੀ ਗੱਲ ਸੁਣ ਲਾ ਤੇ ਮੇਰੀ ਸੁਣੋ ਭਾਈ ਗੱਲ ਹਾਂ ਕੁੜੀਏ ਮੈਂ ਉਹਨਾਂ ਨਾਲ ਹੋ ਗਈ ਗੱਲਬਾਤ ਆਪਾਂ ਕਰਾਂਗੇ ਸਾਰਾ ਕੁਝ ਕਾਰ ਵਿਹਾਰ ਚੱਲ ਵਧੀਆ ਗੱਲ ਹਾਂ ਹੁਣ ਮੇਰੀ ਇੱਕ ਗੱਲ ਸੁਣ ਲਓ ਭਾਈ ਆ ਜਿਹੜੀ ਆਪਣੀ ਗੱਲਬਾਤ ਹੋਈ ਹੈ ਤੇਰੀ ਤੈਨੂੰ ਕਹਿਣਾ ਮੈਂ ਕੁੜੀਏ 45 ਕਿਤੇ ਹੋਈ ਹਾਂ ਰੌਲਾ ਪਾ ਦੇ ਕਿਤੇ ਉਹੀ ਗੱਲ ਕਰਦੇ ਕਹਿੰਦੇ ਹਾਂ ਨਾ ਭਾਈ ਬੁੜੀਆਂ ਦੇ ਭਾਈ ਅੱਗੇ ਤਾਂ ਨਹੀਂ ਫੜਦਾ ਆਪਣਾ ਪਰਿਵਾਰ ਹੈ ਗਿਆ ਭਾਈ ਹਾਂ ਬੁੜੀਆਂ ਦੇ ਗੱਲਾਂ ਘੱਟ ਪਸਦੀਆਂ ਨੇ ਭਾਈ ਨਹੀਂ ਆਪਾਂ ਨੂੰ ਕੀ ਲੋੜ ਆ ਬਾਹ ਫੜਨ ਦੀ ਹਾਂ ਤਿਆਰੀ ਤੂਰੀ ਖਿੱਚ ਲਓ ਬਤ ਬੌਲਾ ਭਾਈ ਉਹਦੀ ਫੜੀ ਵੀ ਮੁੜੀ ਹਾਂ ਤਾਂ ਮੈਨੂੰ ਤਿਆਰੀ ਤੂਰੀ ਖਿੱਚ ਲਓ ਆਪਾਂ ਜਾਗੋ ਜੁਗੋ ਕੱਢਾਂਗੇ ਸਾਜ ਸੁਜ ਤੋੜਾਂਗੇ ਠੀਕ ਹੈ ਤਾਂ ਇਹ ਸੋਚ ਫਿਰ ਅਸੀਂ ਗਵਾਂਢੀਆਂ ਲੈ ਕਿਉਂ ਆਏ ਹੈ ਮੈਨੂੰ ਤਾਂ ਇਹ ਸੋਚਦੀ ਵੀ ਨਾ ਤੂੰ ਜਾਗੋ ਮੈਨੂੰ ਐ ਨਹੀਂ ਸਮਝਾਈ ਹੈਲੋ ਗਾੜੇ ਮੈਨੂੰ ਐ ਨਹੀਂ ਪਤਾ ਲੱਗਿਆ ਆਇਆ ਤਾਂ ਤੇਰੀ ਮੰਮੀ ਦੇ ਪਿੱਛੋਂ ਦੀ ਤੂੰ ਕਿੱਥੋਂ ਤੇਰੀ ਬੀਬੀ ਆਈ ਤੀ ਯੂਪੀ ਤੋਂ ਤੂੰ ਜਾਗੋ ਕਿੱਧਰੋਂ ਕੱਢੇਗਾ ਤੂੰ ਗਾੜਿਆ ਥੈਂਕ ਯੂ ਲੈ ਕੀ ਕਰਾਂ ਭਾਈ ਅੱਧ ਬੋਲੇ ਦਾ ਪ੍ਰਣਾਣ ਕੇ ਕੱਢਦੇ ਹੁੰਦੇ ਸੱਜ ਲਿਆਓ ਨਾਲੇ ਜਾਗੋ ਲਿਓ ਹੁੰਦਾ ਜਾ ਪਾ ਲੈ ਜਾਗੋ ਹਾਂ ਲਏਗੇ ਲਿਆਓ ਘੱਗਰੇ ਪੁੱਤਾ ਘੱਗਰੇ ਮਿਲ ਜੂਗਾ ਤੂੰ ਬਾਗ ਜਾ ਕਿਉਂ ਲਹੂ ਪੀਣਾ ਮੇਰੇ ਯਾਰਾ ਮੈਂ ਲਾਸ ਕਟਾਲਾ ਘੱਗਰਾ ਲਿਆਉਂਗਾ ਫਿਰ ਕਿਉਂ ਦਾ ਲਿਆ ਦੋ ਜਿਹੜਾ ਕੁਛ ਮੰਗਦਾ ਪ੍ਰਾਹੁਣਾ ਇੱਕ ਤਾਂ ਭਾਈ ਜੱਸੀ ਫੌਜੀ ਕੇ ਕਿਹਾ ਜੀ ਮਾਸਟਰ ਕੇ ਕਿਹਾ ਜੀ ਮਨਦੀਪ ਕੇ ਹਾਂ ਆਪਣਾ ਇਹਦੇ ਕਿਹਾ ਜੀ ਕਾਲਾ ਜਿਹੜਾ ਆਸਟ੍ਰੇਲੀਆ ਗਿਆ ਮੁੰਡਾ ਉਹਦੀ ਮਾਂ ਨੂੰ ਕਿਹਾ ਜੀ ਚੱਲ ਮੁੰਡਾ ਦਾ ਵਗ ਗਿਆ ਹਾਂ ਇੱਧਰ ਸੀਤਲ ਕੇ ਜਾਇਆ ਉਹ ਕਾਲੇ ਕੇ ਜਾਇਆ ਉਹ ਹੈ ਭੋਲੇ ਕੇ ਜਾਇਆ ਨਾ ਨਾ ਬਸ ਇੱਕ ਦੋ ਘਰ ਛੱਡ ਦਿਓ ਆਪਣੇ ਜਿਹੜੇ ਬਣਦੀ ਨਹੀਂ ਜਿਨ੍ਹਾਂ ਨਾਲ ਤੈਨੂੰ ਪਤਾ ਹੀ ਹੈ ਉਹਨਾਂ ਦੇ ਜਾਣਾ ਬਾਕੀ ਸਾਰਿਆਂ ਦੇ ਜਾਇਆ ਉਹ ਭਾਈ ਹੈ ਭੋਲੇ ਦੇ ਜਾਇਆ ਉਹ ਹਾਂ ਹੋਰ ਭੋਲੇ ਦੇ ਜਾਇਆ ਮੈਂ ਤੇਰੇ ਦੋ ਮਾਰੂੰਗਾ ਫੜ ਕੇ ਓਏ ਲੈ ਬਸ ਭਾਈ।
ਚੁੱਪ ਕਰੋ ਹੁਣ ਅਸੀਂ ਨੇ ਛੱਜ ਤੋੜਨਾ ਇਹਨੂੰ ਬੰਦ ਕਰੋ ਇਹਨੂੰ ਬੰਦ ਕਰੋ ਹੜ ਕੀ ਹੈ ਨਾ ਅਸੀਂ ਛੱਜ ਤੋੜਨਾ ਤੋੜਾਂਗੇ ਹੁਣ ਫੇਰ ਤੋੜ ਲਓ ਛੱਜ ਚ ਕੀ ਹੈਗਾ ਨਹੀਂ ਤੁਸੀਂ ਬਾਅਦ ਚ ਨੱਚ ਲਿਓ ਉਹਦਾ ਗਾੜੇ ਦਾ ਕੱਲੂ ਤੋੜ ਲਿਓ ਛੱਜ ਨਹੀਂ ਐ ਨਹੀਂ ਬੋਲਦੇ ਹੁੰਦੇ ਮੈਂ ਨਹੀਂ ਫੇਰ ਡੀਜੇ ਬੰਦ ਕਰਾਉਂਦਾ ਹੈਗਾ ਨਹੀਂ ਨਹੀਂ ਅਸੀਂ ਛੱਜ ਤੋੜਾਂਗੇ ਉਹ ਖੁੱਚ ਵੜ ਨੂੰ ਕਰੋ ਜਾਓ ਤੁਸੀਂ ਜਾਓ ਆ ਜਾਓ ਸਾਰੇ ਆ ਜਾਓ जद सौण महीना चढ़ जाता मुल पा बुढ़िया पिपड़ा हाड़ दे महीने च पै गया अपना ता ओ ਉਹ ਗਾਣਾ ਤਾਂ ਰਹੇਗਾ ਭਾਈ ਨਹੀਂ ਮੁੰਡਾ ਮਾਸੀ ਦਾ ਚਲਾਉਂਦਾ ਮਿੰਨੀ ਬੱਸ ਨਹੀਂ ਉਹ ਲਵਾਵਾਂਗੇ ਉਹ ਆਉਣਾ ਭਾਈ ਜੀ ਮੈਨੂੰ ਇਹਦੇ ਬਾਰੇ ਸਾਲੀ ਤੂੰ ਦੱਸ ਨਹੀਂ ਨਿੱਕ ਲੰਘਦਾ ਏ ਤੁਹਾਡੇ ਵਾਲ ਮੂਹਰ ਦੀ ਨਹੀਂ ਮੇਰੇ ਬਾਰੇ ਦੱਸ ਬੋਲੀਏ ਜਿਹੜੀ ਡਾਕੀ ਖੋਲ ਕੇ ਹਾਂਜੀ ਨੱਚ ਲਓ ਤੁਸੀਂ ਗੰਜਰ ਤੇ ਤੁਸੀਂ ਉਰੇ ਮੇਰੇ ਕੋਲ ਕਰ ਦੋ ਨੱਚ ਤਾਂ ਲੈ ਹੋਰ ਭਾਈ ਨਹੀਂ ਮੈਂ ਸਪਨਾ ਚੌਧਰੀ ਬਣ ਜਾ ਉਰੇ ਕੀ ਮਾਂ ਦੇ ਫੇਰੇ ਦਿਨਾ ਮਾਂ ਤੱਕ ਨਾ ਜਾਇਆ ਕਰ ਮੈਂ ਤੈਨੂੰ ਗੱਲ ਦੱਸਦੀ ਬਾਹਰ ਤੁਹਾਡੇ ਚੱਲ ਰਹੇ ਨੇ ਗਾਣੇ ਕਰੋ ਓਏ ਉਹ ਕਹਿੰਦੀਆਂ ਸਾਡਾ ਸਿਸਟਮ ਬਣਾਉਣਾ ਹੈ ਬੁੜੀਆਂ ਕਹਿੰਦੀਆਂ ਸੀ ਆਪਦੇ ਕਾਰ ਵਿਹਾਰ ਕਰਨੇ ਨੇ ਬੁੜੀਆਂ ਵਾਲੇ ਕਾਰ ਵਿਹਾਰ ਦੇ ਕਰਦੀਆਂ ਨੇ ਲੈ ਪਾ ਮੋਟਾ ਜਾ ਪਾ ਓਏ ਪੈਗਾ ਗੰਜਾ ਤੂੰ ਬੁੜੀਆਂ ਤੋਂ ਘੱਟ ਆ ਤੂੰ ਜਾ ਕੇ ਲੱਖਾਂ ਲਾ ਲਾਂਦਾ ਵਿੱਚ ਇਹਨੂੰ ਕਹਿਣਾ ਹੈ ਮੂੰਹ ਨੂੰ ਮੈਨੂੰ ਨਾ ਕਹਿੰਦੀ ਜਨਾਨੀ ਨਾ ਸਮਝਿਆ ਕਰ ਮੈਨੂੰ ਤੂੰ ਮੈਂ ਤਾਂ ਉੱਥੇ ਕੰਮ ਉਹ ਕਰਦੀ ਪਈ ਆ ਤੇ ਪੱਟ ਜਿੱਡੀ ਪਰਕਾਨ ਆ ਬਾਰਦੀ ਪਈ ਆ ਤੇਰੇ ਕੱਦ ਤੋਂ ਲੰਬੀ ਬੋਤਲ ਹੈ ਕਹਿੰਦਾ ਮੈਂ ਲਾ ਲਾ ਕੌਣ ਸਾਮੂ ਤੈਨੂੰ ਬਈ ਲਵਾਵਾਂ ਤੈਨੂੰ ਰੋਲ ਤੇ ਜਵਾਨੀ ਆ ਰੋਲ ਤੇ ਚੰਗਾ ਭੈਂਦਰੇ ਉਹ ਤੇਰੇ ਵਰਗਾ ਦੀ ਮੇਰਾ ਲੰਪਕ ਜਵਾਕੀ ਪਤਾ ਜਵਾਕਾਂ ਨੂੰ ਕੀ ਦਿੰਦੇ ਹੁੰਦੇ ਕੱਦ ਵਧਾਉਣ ਵਾਸਤੇ ਡਾਟਾ ਪੱਟਣਾ ਸਿੱਖੇਦਾ ਦੇਖ ਲਾ ਰੱਬ ਨੇ ਕੈਸੇ ਦਿਨ ਲਿਆ ਸਹੀ ਗੱਲ ਗਾਲੇ ਦਾ ਵੀ ਵਿਆਹ ਹੋ ਗਿਆ ਗੱਲ ਕਰਨੀ ਨੀ ਚਾਹੀਦੀ ਊ ਸਿਰ ਬੈਠਾ ਲਵੇ ਹਾਂ ਸਿਰ ਗੁੱਸਾ ਨਾ ਕਰੀ ਓਏ ਸ਼ਿਵ ਕੀ ਭੈਣ ਦੀ ਪਰ ਹਰਪਾਲ ਚੀ ਮੈਂ ਭਈ ਇਹਦੀ ਮਾਂ ਤੀ ਜਿਹੜੀ ਹਾਂ ਬਾਲੀ ਬੈਬਤਨ ਪਈ ਕੀਦੀ ਇਹਦੀ ਮਾਂ ਅੱਛਾ ਇਹਦੀ ਮਾਂ ਜੀ ਕੀ ਵਿਆਹ ਸਾਦੀ ਚ ਜਾਂਦੇ ਮੈਨੂੰ ਕਹਿ ਲੈ ਬੋਲੀਆਂ ਲਾਉਂਦੀ ਮੇਰੇ ਤੇ ਕਹਿੰਦੀ ਮੁਖਤਿਆਰਾ ਲੰਡਾ ਆਹਾਂ ਮੁਖਤਿਆਰਾ ਲੰਡਾ ਮੈਂ ਨੀਵੀਂ ਪਾ ਕੇ ਸੁਣ ਲਾਂਦਾ ਵਾਂ ਚੱਲ ਭਾਈ ਲੰਡਾ ਹੈਗਾ ਤਾਂ ਬੋਲਦੀਆਂ ਨੇ ਸੱਚ ਬੋਲਦੀ ਦੀ ਅਗਲੀ ਵਾਰ ਗਾੜਿਆ ਲਾਤੀ ਪੂਸ ਰੱਬ ਨੇ ਰਿਊ ਬੋਲਦੀ ਓ ਪੂਸ ਲਾਤੀ ਰੱਬ ਨੇ ਲੋਟ ਹੈ ਗਾਡਰ ਵਰਗੀ ਜਨਾਨੀ ਦਿੱਤੀ ਕਰਦੀ ਆ ਗੱਲ ਮੰਨਦਿਆ ਭੈਣਾ ਤੇਰੇ ਵਰਗੀ ਜਿਹੜੇ ਸਤੀਰ ਆਏ ਲਾ ਲਾ ਜਿਹੜੀ ਭਰਜਾਈ ਆਪਣੀ ਭਰਜਾਈ ਸਤੀਰ ਹਾਂ ਵੀ ਮਾਂ ਦੇ ਫੇਰੇ ਪੁੱਤ ਤਾਈ ਆਪਣੀ ਤੇਰੀ ਤਾਈ ਆ ਹਾਂਜੀ ਹਾਂ ਬੇਕ ਬਾਰੀ ਸੱਜ ਤੋੜ ਕੇ ਹਟ ਗਈ ਨਖਰੋ ਜੀ ਗੱਦੋ ਤੇਰੀ ਹੈ ਹਾਂ ਸਾਹਿਬ ਜੀ ਤੇਰੀ ਹੈ ਦੇਖੀ ਵੀਰ ਜੀ ਖੇਤ ਬੜੇ ਨਹੀਂ ਸਾਹਿਬ ਜੀ ਦੂਰ ਖੜੇ ਖੇਤ ਗਈ ਕੀ ਫਲ ਪਾਊਗੀ ਗੋਦੀ ਵਾਲ ਖੜਾਉਗੀ ਤੋੜ ਦੇਵਾਂਗੇ ਅਸੀਂ ਸਗਨਾਂ ਦੇ ਸੱਜ ਨੂੰ ਤੋੜ ਦੇਵਾਂਗੇ ਅਸੀਂ ਸਗਨਾਂ ਦੇ ਸੱਜ ਨੂੰ ਤੋੜ ਦੇਵਾਂਗੇ ਸਾਂਝਾ ਵਿਆਹ ਸਾਡੇ ਪਿੰਡ ਚ ਇਹਦੀ ਮਾਂ ਉਹ ਪਤਾ ਨੀ ਮੇਰੇ ਨਾਲ ਕੀ ਬੈਰਤੀ ਉਹਦਾ ਸੱਜ ਤੋੜਨ ਲੱਗ ਗਏ ਭਾਈ ਉਹਦੇ ਹੱਥ ਚ ਡੰਡਾ ਤੇ ਸੱਜ ਉਹ ਮੁੰਡਾ ਪੱਗ ਜੀ ਵਾਲਾ ਜਿਹਦਾ ਕੀ ਨੋ ਖਾਸਾ ਚੱਲ ਰਿਹਾ ਫਿਲਮਾਂ ਜੀ ਜਾਂ ਹੁਣ ਚਮਕੀਲੇ ਦੇ ਫਿਲਮ ਕਰਤੀ ਮੁੰਡੇ ਹਾਂ ਉਹਦਾ ਗੀਤ ਆ ਕਹਿੰਦਾ ਹੋਇਆ ਕੀ ਕਹਿੰਦਾ ਹਾਂ ਡੱਕਾ ਤਾਂ ਨੀ ਮਾਰਿਆ ਭੈਣ ਦੀ ਗੁਲਗੋਬਾ ਉਹਦੇ ਗੀਤ ਦਾ ਕਿੱਥੇ ਆ ਤੇ ਹੋਇਆ ਕੀ ਤੇ ਨੱਚਦੀ ਦੀ ਬਾਹ ਵੱਡ ਲਈ ਸਾਂਝਾ ਵਾਲੇ ਦੀ ਹੈ ਤੇ ਬੇ ਫਿਰ ਕੀ ਹੋਇਆ ਭਾਈ ਇਹਦੀ ਮਾਂ ਨੱਚਣ ਲੱਗੀ ਮੈਂ ਲਾ ਹੋਇਆ ਪੈਗਾ ਮੈਂ ਤਾਂ ਕਿਤੇ ਹੱਥ ਜਿਹਾ ਫੜ ਲਿਆ ਪੋਲਾ ਜਿਹਾ ਭਰਜਾਈ ਲੱਗਦੀ ਤੀ
ਮਾਨਲ ਕੋਈ ਨੀ ਉਹ ਨੱਥ ਲੰਦਨੇ ਪਰ ਨਹੀਂ ਨੱਥ ਫੜ ਕੇ ਹੈ ਸੱਜ ਨਹੀਂ ਤੋੜਿਆ ਉਹਨੇ ਫਿਰ ਅੱਛਾ ਮੈਨੂੰ ਤੋੜਿਆ ਵਧੀਆ ਰਿਹਾ ਫਿਰ ਤਾਂ ਹਾਂ ਡੰਡਾ ਦੀ ਜਿਹੜਾ ਹੱਥ ਸੱਜ ਪਰਾਂ ਡੇਗਦਾ ਮੇਰੀ ਉਹ ਕੁੱਤੇ ਖਾਣੀ ਕਰੀ ਕਹਿੰਦੇ ਤੂੰ ਲੰਡਾ ਉੱਥੇ ਵੀ ਮੈਨੂੰ ਲੰਡਾ ਕਿਹਾ ਉਹਨੇ ਸੱਚ ਹੈ ਗੱਲ ਬਣਾ ਲੰਡਾ ਤੂੰ ਟੇਲ ਬਣਾਉਂਦੀ ਰਹੇ ਆਪਦੀ ਸਿਆਰਾ ਲੰਡਾ ਸਾਰੇ ਪਾਸੇ ਉਹ ਟੇ ਦੇਖਦਾ ਕਹਿਣੀ ਲੰਡਾ ਮੌਕੀ ਹੈ ਜਿੰਨਾ ਕੇ ਬਾਜਣਾ ਓਦੂ ਵੱਧ ਬਾਜਣ ਜਦੋਂ ਲਹਿੰਗਾ ਪਾ ਕੇ ਆਊਗੀ ਪਰ ਭਰਜਾਈ ਦੇ ਪੱਟਾਂ ਦੇ ਮਈ ਬੈਠਣਾ ਥਾਈ ਤੇ ਮਈ ਬੈਠਣਾ ਤਾਏ ਦਾ ਵਿਆਹ ਹੀ ਅੱਜ ਹੋਰ ਕੀ ਭੈਣ ਦਾ ਖੂਨਦਾਨ ਕੈਂਪ ਲੱਗਿਆ ਅੱਜ ਬਾਹਰ ਲਈ ਜਵਾਨੀ ਦਾ ਘਾਣ ਅਸੀਂ ਨਸ਼ਿਆਂ ਚ ਕੁਛ ਨੀ ਰੱਖਿਆ ਮੇਰੇ ਪੁੱਤ ਮੈਂ ਜਦੋਂ ਅੱਠਵੀਂ ਕਲਾਸ ਚ ਪੜ੍ਹਦਾ ਸੀਗਾ ਦੋ ਢੋਲ ਦਾਰੂ ਦੇ ਪੀਗਾ ਸੀ ਦੋ ਢੋਲ ਹਾਂ ਐ ਲਾ ਲਾ ਤੂੰ ਮਾਰਨਿੰਗ ਚ ਪੂਪਣੀ ਦੀ ਥਾਂ ਤੇ ਵੀ ਦਾਰੂ ਵੱਜਦੀ ਪੂਪਣੀ ਦੀ ਥਾਂ ਤੇ ਨਸ਼ਿਆਂ ਚ ਕੁਛ ਨੀ ਰੱਖਿਆ ਮੇਰਾ ਪੁੱਤ ਨਸ਼ਿਆਂ ਨੇ ਪੜਦੇ ਵਾਲਾ ਲਾ ਵੀ ਗਾ ਬਰੂ ਕਾਣ ਨਾ ਕਰੋ ਜਵਾਨੀ ਕਾ ਕਿੱਡੂ ਡੂਡ ਲਾਇਆ ਵੇ ਸਾਰਕਣ ਵੱਡੀਆਂ ਵਜਾਉਣਾ ਬਰੂ ਆ ਤਨੇ ਮਾਰਦੀ ਜਵਾਨੀ ਚ ਉਹ ਵਾਸਤਵ ਗਾਣਾ ਲਵਾ ਕੇ ਓਏ ਮੈਂ ਨਹੀਂ ਵੇਲਿਆਂ ਨੇ 5 ਸਾਲ ਵਾਸਤਵ ਦੇਖੀ ਐ ਆਇਆ ਕੋਈ ਨੀ ਸਾਹਮਣੇ ਆਇਆ ਬੂਤਲ ਓਏ ਨੂੰ ਇੱਥੇ ਬਿਠਾ ਕੇ ਰੱਖੋ ਓਏ ਇਹ ਤਾਂ ਨਾ 5 ਕਰੂ ਦਾ ਫੇਸ ਕੁੱਟ ਦੇ ਥੋੜੇ ਦਾ ਚੰਗਾ ਚਲੋ 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 ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਅੱਜ ਕਰ ਬਾਬਲ ਦੇ ਮੁੰਡਾ ਮੁੰਡਿਆਂ ਬਰਾਬਰ ਹੋਇਆ ਅੱਜ ਮੈਂ ਸ਼ੁਕਰ ਕਰਿਆ ਮੁੰਡਾ ਮੁੰਡਿਆਂ ਬਰਾਬਰ ਹੋਇਆ ਅੱਜ ਮੈਂ ਸ਼ੁਕਰ ਕਰਿਆ ਮੁੰਡਾ ਗੋਵਾਲੀਏ ਨਾ ਲੱਕਲ ਚ ਕਾਈ ਦੀਵਿਆਂ ਚੋਂ ਤੇਲ ਫੁੱਲੀ ਲੱਗੀ ਦੇਣ ਵਧਾਈਆਂ ਵਿਆਮਕ ਤਿਆਰੇ ਦਾ ਲੱਗੀ ਦੇਣ ਵਧਾਈਆਂ ਵਿਆਮਕ ਤਿਆਰੇ ਦਾ ਲੱਗੀ ਦੇਣ ਵਧਾਈਆਂ ਵਿਆਮਕ ਤਿਆਰੇ ਦਾ ਲੱਗੀ ਦੇਣ ਵਧਾਈਆਂ ਮੇਰੇ ਮਾਮੇ ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹੀਏ ਜਾਵਾਂਗੇ ਚਿੱਟੇ ਦੰਦ ਗੁਲਾਬੀ ਫੁੱਲ ਕਿਸੇ ਦਾ ਮੰਗ ਲਿਆਵਾਂਗੇ ਚਿੱਟੇ ਦੰਦ ਗੁਲਾਬੀ ਫੁੱਲ ਕਿਸੇ ਦਾ ਮੰਗ ਲਿਆਵਾਂਗੇ ਚਿੱਟੇ ਦੰਦ ਆਈ ਬਾਬਾ ਨਾਨਕਾ ਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਮੈਂ ਤਾਂ ਭੇਜਿਆ ਕਣਕ ਦੀ ਰਾਖੀ ਮੈਂ ਤਾਂ ਭੇਜਿਆ ਕਣਕ ਦੀ ਰਾਖੀ ਜਾ ਬੜਿਆ ਸੀ ਮੇਲੇ ਨੂੰ ਚੜ ਗਈ ਓਏ ਚੜ ਗਈ ਫੀਮ ਕਰੇਲੇ ਨੂੰ ਚੜ ਗਈ ਓਏ ਚੜ ਗਈ ਫੀਮ ਕਰੇਲੇ ਨੂੰ ਚੜ ਗਈ ਓਏ ਚੜ ਗਈ ਫੀਮ ਕਰੇਲੇ ਨੂੰ ਚੜ ਗਈ ਓਏ ਪੈਣਾ ਪੈਣਾ ਅਸੀਂ ਕਦੇ ਨਾ ਲੜੀਆਂ ਸਾਡੂ ਮਰ ਕੇ ਖੇ ਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਲਾ ਬੋਲਦੀਆਂ ਨੱਚ ਲੈ ਕਰੇ ਜਾ ਕੇ ਨਾ ਚੁੱਲੇ ਨੂੰ ਲੱਤੂ ਮਾਰੀ ਨੱਚਣਾ ਜੇ ਹੁਣ ਨੱਚਣਾ ਕਰੇ ਜਾ ਕੇ ਨਾ ਚੁੱਲੇ ਨੂੰ ਲੱਤੂ ਮਾਰੀ ਨੱਚਣਾ ਜੇ ਹੁਣ ਨੱਚ ਲੈ ਅੱਠ ਸ਼ਨੇ ਨਾਲੇ ਨਾ ਲਿਆ ਸਾਰੀਆਂ
सुख दीनू आदि नी आए